ਭਾਈ ਰਣਜੀਤ ਸਿੰਘ ਖਾਲਸਾ ਟੱਡਰੀਆਂ ਵਾਲਾ ਜੀ, ਅਗਰ ਤੁਸੀਂ ਦਸਵੇਂ ਗ੍ਰੰਥ ਨੂੰ ਤੁਸੀਂ ਨਹੀਂ ਮੰਨਦੇ ਤੇ ਨਾ ਮੰਨੋ, ਤੁਹਾਡੀ ਆਪਣੀ ਮਰਜ਼ੀ ਹੈ। ਪਰ ਬਦਤਮੀਜ਼ੀ ਕਿਸੇ ਸੂਰਤ, ਬੇਹੁਰਮਤੀ, ਬਦਤਮੀਜ਼ੀ ਕਿਸੇ ਸੂਰਤ ਬਰਦਾਸ਼ਤ ਨਹੀਂ ਹੈ। ਚਾਹੇ ਮੁਸਲਮਾਨਾਂ ਦਾ ਗ੍ਰੰਥ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਹੋਵੇ, ਚਾਹੇ ਦਸਵਾਂ ਗ੍ਰੰਥ, ਦੁਨੀਆ ਦੇ ਵੀ ਕਿਸੇ ਦੇ ਮਜ਼ਹਬ ਦਾ ਕੋਈ ਗ੍ਰੰਥ ਹੋਵੇ, ਉਹਦੀ ਕੋਈ ਬੇਅਦਬੀ ਕਰੇ, ਕਿਸੇ ਸੂਰਤ ਬਰਦਾਸ਼ਤ ਨਹੀਂ। ਸਿੱਖਾਂ ਨੂੰ ਅਸੀਂ ਮੁਸਲਮਾਨ ਨਹੀਂ ਕਹਿੰਦੇ। ਇੱਕ ਫਰਜ਼ ਕਰੋ, ਅਸੀਂ ਉਹਨਾਂ ਨੂੰ ਅਸੀਂ ਕਾਫਰ ਕਹਿ ਵੀ ਲਈਏ, ਤਾਂ ਕਾਫਰ ਕਹਿਣ ਦੇ ਨਾਲ ਅਸੀਂ ਉਹਦੀ ਧੌਣ ਨਹੀਂ ਲਾ ਸਕਦੇ। ਧੌਣ ਅਸੀਂ ਉਦੋਂ ਲਾਵਾਂਗੇ ਜਦੋਂ ਉਹ ਸਾਡੇ ਨਬੀ ਦੀ ਬੇਹੁਰਮਤੀ ਕਰੇਗਾ। ਮੈਂ ਸਿੱਖ ਨਹੀਂ ਬਣ ਸਕਦਾ। ਧੌਣ ਤੁਸੀਂ ਮੇਰੀ ਉਦੋਂ ਲਾਓਗੇ ਜਦੋਂ ਮੈਂ ਬਾਬਾ ਗੁਰੂ ਨਾਨਕ ਦੇਵ ਜੀ ਦੀ ਬੇਹੁਰਮਤੀ ਕਰਾਂਗਾ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਂਗਾ, ਉਦੋਂ ਹੀ ਮੇਰੀ ਧੌਣ ਲੱਗੇਗੀ। ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਦੁਨੀਆ ਦਾ ਅੱਜ ਕੋਈ ਬੰਦਾ ਆਪਣੇ ਬਾਪ ਦੀ ਗੁਸਤਾਖੀ ਕਰੇ ਨਾ, ਕੋਈ ਅੱਜ ਬਾਪ ਦਾ ਬੇਟਾ, ਉਹਦਾ ਆਪਣਾ ਬੱਚਾ ਹੀ ਆਪਣੇ ਮਾਂ ਪਿਓ ਦੀ ਕੋਈ ਗੁਸਤਾਖੀ, ਕੋਈ ਬੇਹੁਰਮਤੀ ਕਰੇ ਨਾ, ਬਾਪ ਨੂੰ ਕਹਿੰਦਾ ਤੂੰ ਘਰੋਂ ਨਿਕਲ ਜਾ, ਤੂੰ ਮੇਰਾ ਹੈ ਹੀ ਕੋਈ ਨਹੀਂ ਆ। ਓਏ ਬਾਪ ਦਾ ਜਿਹੜਾ ਤੂੰ ਗਿਰੇਬਾਨ ਫੜ ਲਵੇ, ਬਾਪ ਇੱਕ ਮਿੰਟ 'ਚ ਫੈਸਲਾ ਕਰਦਾ ਨਾ, ਇੱਕ ਮਿੰਟ ਦੇ ਵਿੱਚ ਤੂੰ ਇੱਥੋਂ ਘਰੋਂ ਨਿਕਲ ਜਾ, ਤੂੰ ਮੇਰਾ ਹੈ ਹੀ ਕੋਈ ਨਹੀਂ ਹੈ। ਓਏ ਜਿਹੜਾ ਬਾਪ ਆਪਣੀ ਬੇਹੁਰਮਤੀ ਬਰਦਾਸ਼ਤ ਨਹੀਂ ਕਰ ਸਕਦਾ, ਇਹ ਕਿਸ ਤਰ੍ਹਾਂ ਹੋ ਸਕਦਾ ਵੈ? ਗੁਰੂ ਗੋਬਿੰਦ ਸਿੰਘ ਜੀ ਦੀ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ, ਕੋਈ ਦਸਵੇਂ ਗ੍ਰੰਥ ਦੀ, ਚਾਹੇ ਕੋਈ ਹਿੰਦੂਆਂ ਦਾ ਮਜ਼ਹਬ ਦਾ ਕੋਈ ਹੋਵੇ ਗ੍ਰੰਥ ਹੋਵੇ, ਉਹਦੀ ਕੋਈ ਬੇਹੁਰਮਤੀ ਕਰੇ ਅਤੇ ਜਿਹੜੇ ਉਹਦੇ ਪੈਰੋਕਾਰ ਹੈ, ਜਿਹੜੇ ਨਿਹੰਗ ਸਿੰਘ ਹੈ, ਉਹ ਖਾਮੋਸ਼ ਰਹਿਣ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਗੈਰਤ ਹੈ, ਇਹ ਬਗੈਰਤ ਨਹੀਂ ਹੈ। ਨਿਹੰਗ ਸਿੰਘ ਹੱਕ ਦੇ ਉੱਤੇ ਹੈ, ਇਹ ਮੁਸਲਮਾਨ ਉਹਨਾਂ ਦੀ ਸਪੋਰਟ ਕਰਦਾ ਵੈ। ਭਾਈ ਰਣਜੀਤ ਸਿੰਘ ਖਾਲਸਾ ਨੂੰ ਇਸ ਮੁਸਲਮਾਨ ਦਾ ਜਵਾਬ ਹੈ। ਭਾਈ ਰਣਜੀਤ ਸਿੰਘ ਖਾਲਸਾ ਸਿੱਖੀ ਬਿਆਨ ਨਹੀਂ ਸੀ ਕਰਨ ਦੇ, ਇਹ ਹੱਕ ਬਿਆਨ ਨਹੀਂ ਸੀ ਕਰਨ ਦੇ, ਬਲਕਿ ਲੋਕਾਂ ਦਾ ਜ਼ਿਹਨ ਨੂੰ ਵਰਗਲਾਉਣ ਦੇ ਸੀ, ਲੋਕਾਂ ਦੇ ਸਾਹਮਣੇ ਸੱਚਾਈ ਨੂੰ ਖਤਮ ਕਰਨ ਦੇ ਸੀ। ਸੱਚਾਈ ਕੀ ਹੈ ਇਹ ਮੈਂ ਤੁਹਾਨੂੰ ਦੱਸਣਾ, ਮੈਂ ਤੁਹਾਨੂੰ ਸਾਬਤ ਕਰਾਂਗਾ। ਇਹਨਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਵੈ, ਮੈਂ ਸਾਰੀਆਂ ਗੱਲਾਂ ਦਾ ਇੱਕ ਇੱਕ ਕਰਕੇ ਮੈਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਜਵਾਬ ਦੇਵਾਂਗਾ। ਕੱਲ੍ਹ ਮੈਨੂੰ ਇੱਕ ਕੈਨੇਡਾ ਤੋਂ ਮੈਸੇਜ ਆਇਆ, ਪਰਸੋਂ ਨਿੰਗਾਨੇ ਜਿਹੜਾ ਹੋਇਆ ਨਾ ਉੱਥੇ ਦਿੱਲੀ 'ਚ ਹੋਇਆ, ਸਿੰਘੂ ਬਾਰਡਰ 'ਤੇ ਬੰਦਾ ਵੱਢਿਆ, ਵੱਢ ਕੇ ਹੱਥ ਵੱਢਿਆ, ਲੱਤ ਵੱਢੀ, ਲੱਤ ਵੱਢ ਕੇ ਅਤੇ ਜਿਵੇਂ ਕਾਂ ਮਾਰ ਕੇ ਟੰਗ ਦਿੰਦੇ ਆ, ਐਂ ਟੰਗ ਥਾ ਟੰਗਿਆ ਨਾ। ਹੋ ਸਕਦਾ ਕਈ ਬੰਦੇ ਮੇਰੀ ਗੱਲ ਨਾਲ ਸਹਿਮਤ ਨਾ ਹੋਣ, ਹੋ ਸਕਦਾ ਮੈਨੂੰ ਗਾਲਾਂ ਹੀ ਕੱਢ ਲੈਣ, ਉਹਨਾਂ ਦੀ ਮਰਜ਼ੀ ਹੈ। ਪਰ ਜਿਹੜਾ ਮੈਨੂੰ ਕੈਨੇਡਾ ਤੋਂ ਮੈਸੇਜ ਆਇਆ, ਮੈਂ ਅਗਲੇ ਦੀ ਪਰਸਨਲ ਹੈ, ਮੈਂ ਦੱਸ ਨਹੀਂ ਸਕਦਾ। 10 ਮਿੰਟ ਦਾ ਮੈਸੇਜ ਮੈਨੂੰ ਇੱਕ ਰਿਕਾਰਡ ਕਰਕੇ ਬੀਬੀ ਨੇ ਭੇਜਿਆ ਤੇ ਮੈਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ, ਮੈਂ ਆਪਣੇ ਬੱਚਿਆਂ ਨੂੰ ਸਿੱਖ ਨਹੀਂ ਬਣਾਉਣਾ, ਮੈਂ ਪੱਗਾਂ ਨਹੀਂ ਬਣਾਉਣੀਆਂ, ਮੈਂ ਗੁਰਦੁਆਰੇ ਨਹੀਂ ਲੈ ਕੇ ਜਾਣਾ, ਮੈਂ ਇਸ ਕੌਮ ਦਾ ਹਿੱਸਾ ਆਪਣੇ ਬੱਚਿਆਂ ਨੂੰ ਨਹੀਂ ਬਣਾਉਣਾ। ਮੇਰੇ ਬੱਚੇ ਕਹਿਣਗੇ ਇਹ ਬੰਦਾ ਐਂ ਵੱਢ ਦਿੰਦੇ, ਇਹ ਐਂ ਤੰਗ ਦਿੰਦੇ। ਧਿਆਨ ਨਾਲ ਗੱਲ ਸੁਣ ਲਿਓ, ਪੂਰੀ ਸੁਣ ਲਿਓ ਮਾੜੀ ਜੀ, ਬਣ ਗਿਆ ਖਤਰਾ। ਮੈਨੂੰ ਤੁਸੀਂ ਜਵਾਬ ਦੇਣਾ, ਮਾੜਾ ਜਿਹਾ ਸੋਚਿਓ। ਮੇਰੇ ਇੱਥੇ ਡੰਗਰਾਂ ਵਾਲੇ ਬੰਦੇ ਕੰਮ ਕਰਦੇ ਆ, ਜਿੱਥੇ ਮੱਝਾਂ ਵਾਲੇ ਪਾਸੇ ਕੰਮ ਕਰਦੇ ਆ ਇੱਥੇ ਬੰਦੇ, ਮੇਰੇ ਇੱਥੇ ਲਾਂਗਰੀ ਕੰਮ ਕਰਦੇ ਆ, ਅਸੀਂ ਰੱਖੇ ਤਨਖਾਹਾਂ ਦਿੰਦੇ ਆ। ਮੇਰੇ ਵਿੱਚ ਹੋਵੇ ਕੋਈ ਵੀਕ ਪੁਆਇੰਟ ਹੋਵੇ ਮੇਰੇ 'ਚ ਕੋਈ, ਉਹ ਬੰਦਾ ਲਵੇ ਵੇਖ, ਤੇ ਮੈਂ ਹੋਵੇ ਮਰਵਾਉਣਾ, ਤੇ ਉਹੇ ਜਿਹਾ ਬੰਦਾ ਹੋਵੇ ਕੱਲਾ ਆਵੇ ਇੱਥੇ, ਕੈਮਰਾ ਕੋਈ ਲੱਗਾ ਨਾ ਹੋਵੇ, ਮੱਥਾ ਟੇਕਣ ਸਵੇਰੇ 3 ਵਜੇ ਆ ਜਾਏ, ਇੱਥੇ ਕਰੇ ਪਰਕਰਮਾ, ਇੱਥੋਂ ਕੱਢੀਏ ਬਾਹਰ, ਉਹ ਉੱਥੇ ਮੇਰੇ ਵਾਲੇ 5-7 ਬੰਦਿਆਂ ਨੂੰ ਕਹਿ ਦਿਆਂ ਖੋਜੋ ਕੈਮ, ਮਾੜਾ ਜਿਹਾ ਬਾਹਰ ਜਾ ਕੇ ਵੱਢ ਟੁੱਕ ਕੇ ਇੱਥੇ ਗੇਟ ਅੱਗੇ ਟੰਗ ਦੇਣ, ਕਹਿਣ ਇਹਨੇ ਤੇਰਾ ਮਹੱਲਾ ਚੱਕ ਲਿਆ ਸੀ, ਇਹਦੇ ਬੇਅਦਬੀ ਕਰਨ ਲੱਗਿਆ ਸੀ। ਸਬੂਤ ਮੰਗੋਗੇ ਕਿ ਨਹੀਂ? ਵੀਡੀਓ ਮੰਗੋਗੇ? ਕੋਈ ਸਬੂਤ ਤੇ ਮੰਗੋਗੇ ਯਾਰ ਕਿ ਅਸੀਂ ਕਹਿ ਦੋਗੇ ਵੀ ਬੇਅਦਬੀ ਕਰਨ ਲੱਗਿਆ ਸੀ? ਪਰ ਮੇਰੇ ਲਈ ਬੰਦਾ ਮਾਰਨ ਦਾ ਤਰੀਕਾ ਕਿੰਨਾ ਵਧੀਆ ਮਿਲ ਗਿਆ ਕਿ ਬੇਅਦਬੀ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਤੇ ਇੱਕ ਗੱਲ ਹੋਰ ਸੁਣ ਲਿਓ, ਤਕੜੇ ਹੋ ਕੇ ਕੱਢਿਓ ਗਾਲਾਂ ਜਿੰਨਾ ਕੱਢਣੀਆਂ, ਪਰ ਸੁਣ ਲਿਓ। 8 ਇੰਟਰਵਿਊ ਮੈਂ ਨਿੰਗਾਂ ਦੀਆਂ ਸੁਣੀਆਂ, ਅੱਡ-ਅੱਡ ਤੇ 8 ਦੇ 8 ਸਟੇਟਮੈਂਟ ਅਲੱਗ-ਅਲੱਗ ਦਿੰਦੇ ਐ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ,
साडे सिखां दे विच एक दसम ग्रंथ भी है, सिखां दे विच बचित्र नाटक दसम ग्रंथ भी है, सिखां दे विच सूरज प्रकाश ग्रंथ भी है, इत्थे एक सर्वलोक ग्रंथ पोथी भी है। पर चवर शतर तख्त दा मालक कौन है? बोल के बोलो जरा माड़ा जिहा। गुरु ग्रंथ साहब, गुरु ग्रंथ साहब ते जदों गुरु ग्रंथ साहब दा नाम आउंदा है सिख दी धड़कन तेज हो जांदी है। एक वारी ऐ लगदा मेरे गुरु ग्रंथ साहब, मेरे पातशाह, रिस्पेक्ट करते हैं असी, उच्चे तख्त ते बिठाउने आ, चौर करते हैं, जबर शतर तख्त देने आ गुरु ग्रंथ साहब जी नूं। ते सुनो जेड़ी बेअदबी कीती गई है, बेअदबी करन लग्या सी ते लग्या केड़े ग्रंथ दी सी? सर्वलोक ग्रंथ दी पोथी, सर्वलोक ग्रंथ दी पोथी जिन्नू अद्धे तो वध सिख मनदे ही नहीं। गुरु ग्रंथ साहब दी बेअदबी नहीं, पर कमाल दी गल ए है, कमाल दी गल ए बई कहिंदे सी सर्वलोक ग्रंथ दी पोथी, पोथी नू चक्कण लग्या सी, चक के भज्जण लग्या सी, पहली वीडियो, दूजी वीडियो, तीजी वीडियो, ते हुण बना पता सारे सिखां च की दिता? गुरु ग्रंथ साहब नू चक के ले चलिया सी, पोथी लैके चके, पोथी दी गल कित्थों चली सी? सर्वलोक ग्रंथ। ते सिख पता अज की साडे जिहड़े पढ़े लिखे बंदे आ कई, ਸਾਡੇ ਪਿਓ ਦੀ ਪੱਗ ਨੂੰ ਹੱਥ ਲਾਵੇ, ਹੱਥ ਲਾ ਕੇ ਵਿਖਾਵੇ, ਅਸੀਂ ਐਂ ਕਰ ਦਿਆਂਗੇ। ਪਹਿਲਾਂ ਇਹ ਤੇ ਕਲੀਅਰ ਕਰ ਲਓ ਵੀ ਤੁਹਾਡਾ ਪਿਓ ਗੁਰੂ ਗ੍ਰੰਥ ਸਾਹਿਬ ਹੈ ਜਾਂ ਸਰਬਲੋਕ ਗ੍ਰੰਥ, ਇਹ ਕਲੀਅਰ ਕਰੋ। ਗੁਰੂ ਗ੍ਰੰਥ ਸਾਹਿਬ ਨੇ ਸਾਡੇ, ਤੇ ਸੁਣੋ ਫਿਰ, ਸਾਡੇ ਸਾਹਮਣੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਉਹ ਬੰਦੇ ਦੀ ਵੀਡੀਓ ਆਉਂਦੀ ਆ, ਵੇਖੋ ਓਏ ਪੱਤਰਾ ਪੱਤਰਾ ਕਰਤਾ, ਵੇਖੋ ਆ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਬਾਹਰ ਸਿੱਟਤਾ, ਉਹਦੀਆਂ ਲੱਤਾਂ ਵੱਡੀਆਂ ਸਾਹਮਣੇ ਨਜ਼ਰ ਆਉਂਦੀਆਂ ਵੀ ਗੱਲ ਪਤਾ ਨਹੀਂ ਠੀਕ ਹੈ। ਪਰ ਅੱਜ ਤੱਕ ਕੋਈ ਇੱਕ ਵੀ ਨਹੀਂ, ਕੋਈ ਤੁਸੀਂ ਸਾਰਿਆਂ ਨੇ ਸੁਣੀਆਂ ਨੇ, ਮੇਰੀ ਗੱਲ ਨਹੀਂ ਮੰਨਣੀ, ਤੁਸੀਂ ਵੀਡੀਓ ਵੇਖਣੀਆਂ ਨੇ, ਤੁਸੀਂ ਵੇਖਿਓ। ਕੋਈ ਕਹੇਗਾ ਹੱਥ ਲਾਇਆ ਸੀ, ਕੋਈ ਕਹਿੰਦਾ ਬੇਅਦਬੀ ਕਰਨ ਲੱਗਿਆ ਸੀ, ਕੀਤੀ ਸੀ ਕਿ ਨਹੀਂ? ਬੇਅਦਬੀ ਅਜੇ ਕਰਨ ਲੱਗਿਆ ਸੀ, ਹਜੇ ਕੀਤੀ ਨਹੀਂ ਸੀ। ਹੱਥ ਵੱਢਤਾ, ਲੱਤ ਵੱਢਤੀ, ਟੰਗ ਕੇ ਇੱਕ ਕਿਲੋਮੀਟਰ ਘੁਮਾਇਆ ਤੇ ਐਂ ਟੰਗਤਾ, ਤਰਲੇ ਲੈਂਦਾ ਰਿਹਾ, ਖੂਨ ਵਗਦਾ ਰਿਹਾ, ਉਹ ਮੈਨੂੰ ਛੱਡ ਦਿਓ, ਮੈਨੂੰ, ਮੈਂ ਇਦਾਂ ਦਾ ਕੁਛ ਨਹੀਂ ਕੀਤਾ। ਉਹਦੀ ਵੀਡੀਓ ਮੇਰੇ ਕੋਲ ਪਈ ਹੈ ਜਿਹਦੇ ਚ ਕਹਿੰਦਾ ਹੈ, ਸੁਣਿਓ ਸ਼ਬਦ, ਹੇ ਗੁਰੂ ਨਾਨਕ, ਗੁਰੂ ਗੋਬਿੰਦ, ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਸਿੰਘਾਂ ਨੂੰ ਮੇਰਾ ਵੱਧ ਮੈਨੂੰ ਵੱਢਣ ਦਾ, ਇਹਨਾਂ ਨੂੰ ਮੇਰਾ ਵੱਧ ਕਰਨ ਦਾ ਬਲ ਬਖਸ਼ੋ ਤੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਇਹ ਵੀਡੀਓ ਹੈ, ਜੇ ਫੇਸਬੁੱਕ ਨੈੱਟ ਤੇ ਪੈਂਦੀ ਹੈ ਲਾ ਦਿੰਦੇ ਨੇ ਨਾਲ ਦੀ ਨਾਲ, ਕਿਉਂਕਿ ਇਦਾਂ ਦੀ ਤੁਸੀਂ ਵੀਡੀਓ ਪਾ ਨਹੀਂ ਸਕਦੇ। ਤੇ ਟੁਕੜੇ ਟੁਕੜੇ ਕਰਕੇ ਵੱਢਿਆ, ਟੰਗਤਾ, ਕਹਿੰਦੇ ਜੀ ਸਿੱਖ ਸਿੱਖ ਕੱਲਾ ਸੀ, ਨਿਹੱਥਾ ਸੀ। ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਵੀ ਪਿਆਰ ਕਰਦੇ ਹਾਂ। ਕੋਟਕਪੁਰੇ ਧਰਨਾ ਲਾਇਆ ਸੀ, ਬਰਗਾੜੀ ਵਿੱਚ ਜੁੱਤੀਆਂ ਖਾਧੀਆਂ ਸੀ, ਡਾਂਗਾਂ ਖਾਧੀਆਂ ਸੀ, ਗੱਡੀਆਂ ਤੁੜਵਾਈਆਂ ਸੀ, ਗੋਲੀਆਂ ਚੱਲੀਆਂ ਸੀ, ਸਭ ਨੇ ਚੱਲੀਆਂ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਾਂ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਪਿਆਰ ਨਹੀਂ ਕਰਦੇ, ਪਰ ਦੁੱਖ ਇਹ ਲੱਗਦਾ ਹੈ ਪਹਿਲਾਂ ਕਲੀਅਰ ਤੇ ਕਰ ਲੈਂਦੇ ਕਿ ਬੰਦਾ ਸੱਚਮੁੱਚ ਉਹਨੇ ਬੇਅਦਬੀ ਕੀਤੀ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਸੀ, ਕਲੀਅਰ ਤੇ ਕਰ ਲੈਂਦੇ। ਕਿਸੇ ਨੇ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀਡੀਓ ਹੈਗੀ ਹੈ ਬੇਅਦਬੀ ਕਰਦੇ ਦੀ? ਦੱਸਿਓ ਜਰਾ, ਜੇ ਹੁੰਦੀ ਹੁਣ ਸਾਹਮਣੇ ਨਾ ਆਉਂਦੀ, ਬੇਅਦਬੀ ਕਰਦੇ ਦੀ ਵੀਡੀਓ ਸਾਹਮਣੇ ਨਾ। ਅੱਛਾ, ਜੇ ਉਹ ਮੰਨਦਾ ਵੀ ਮੈਨੂੰ ਪੈਸਾ ਦੇ ਕੇ ਭੇਜਿਆ, ਮੈਂ ਬੇਅਦਬੀ ਕਰਨ ਆਇਆ, ਕੋਈ ਵੀਡੀਓ ਸਾਹਮਣੇ ਆਈ ਹੈ? ਨਹੀਂ ਆਈ। ਪਰ ਦੁਨੀਆ ਦੇ ਸਾਹਮਣੇ ਵੀਡੀਓ ਭਲਾ ਕੀ ਗਈ ਹੈ?
ਵੀ ਸਿੱਖ ਐ ਵੜ ਦਿੰਦੇ ਐ ਐ ਮਾਰ ਦਿੰਦੇ ਐ ਤਾਲੇਬਾਨੀ ਵੀ ਮਾਰ ਕੇ ਟੰਗਦੇ ਐ ਸਿੱਖ ਵੀ ਮਾਰ ਕੇ ਟੰਗਦੇ ਐ ਸਿੱਖਾਂ ਦੀ ਛਵੀ ਇਹਦੇ ਨਾਲ ਵਧੀਆ ਬਣਦੀ ਐ ਕੈਨੇਡਾ ਦੇ ਅਮਰੀਕਾ ਦੇ ਕਿਸੇ ਬੱਚੇ ਨੂੰ ਵੀਡੀਓ ਵਿਖਾਓ ਉਹ ਵੇਖੇਗਾ ਕਹਿਣਗੇ ਇਹ ਕੀ ਕਰਦੇ ਹੋ ਤੁਸੀਂ ਸਿੱਖੋ ਤੁਹਾਡਾ ਰੱਬ ਖੁਸ਼ ਹੋ ਗਿਆ ਹੁਣ ਹੁਣ ਪਰਮਾਤਮਾ ਬਹੁਤ ਖੁਸ਼ ਹੋਏਗਾ ਰੱਬ ਬਹੁਤ ਖੁਸ਼ ਹੋ ਗਿਆ ਹੋਣਾ ਸਾਡੇ ਤੇ ਮਾੜਾ ਮੋਟਾ ਸੋਚੀਏ ਮੈਂ ਕੱਲ ਕੈਨੇਡਾ ਤੋਂ ਆਈ ਸਟੇਟਮੈਂਟ ਸੁਣੀ ਹੈ ਮੈਨੂੰ ਭੈਣ ਨੇ ਕਿਹਾ ਮੈਸੇਜ ਭੇਜਿਆ ਕਹਿੰਦੀ ਮੈਂ ਆਪਣੇ ਟੱਬਰ ਨੂੰ ਤੇ ਮੈਂ ਤੁਹਾਨੂੰ ਵੀ ਕਹਿ ਦੇਣਾ ਚਾਹੁੰਦਾ ਜਿੰਨੇ ਦਾੜੀਆਂ ਕੇਸ ਕੱਟਣ ਵਾਲੇ ਹੋ ਉਹ ਕਈ ਸਿੱਖ ਨੇ ਜਿਹੜੇ ਤੁਹਾਨੂੰ ਬੰਦਾ ਨਹੀਂ ਸਮਝਦੇ ਤੂੰ ਹੱਥ ਕਿਵੇਂ ਲਾਤਾ ਤੂੰ ਪੁੱਤ ਤੂੰ ਨੇੜੇ ਕਿਵੇਂ ਆ ਗਿਆ ਤੇ ਜਦੋਂ ਦਰਬਾਰ ਸਾਹਿਬ ਕਦੇ ਮੱਥਾ ਟੇਕਣ ਜਾਓ ਨਾ ਵੇਖ ਲਿਆ ਕਰਿਓ ਵੀ ਅੰਦੇ ਅੰਦਰ ਪੰਜ ਚਾਰ ਬੰਦੇ ਹੈਗੇ ਆ ਕੱਲਾ ਨਾ ਵੜ ਜੀ ਕਿਤੇ ਬਦਲਾ ਲੈਣ ਵਾਲੇ ਬੰਦਿਆਂ ਨੇ ਇਹ ਨਹੀਂ ਪਤਾ ਅੰਦਰ ਤੂੰ ਗੇੜਾ ਕੱਢ ਕੇ ਮੱਥਾ ਟੇਕ ਕੇ ਪਰਕਰਮਾ ਕਰਕੇ ਬਾਹਰ ਆਵੇਂ ਮੁੜ ਕੇ ਇਹ ਕਹਿ ਕੇ ਵੱਢ ਦੇਣ ਵੀ ਬੇਅਦਬੀ ਕਰਨ ਚੱਲਿਆ ਸੀ ਜਿੰਨੇ ਰੁਮਾਲਾਂ ਵਾਲੇ ਹੋ ਸੋਚ ਕੇ ਗੁਰਦੁਆਰੇ ਜਾਇਓ ਕੈਮਰਾ ਜਿੱਥੇ ਲੱਗੇ ਹੋਣ ਜਿੱਥੇ ਕੈਮਰੇ ਲੱਗੇ ਹੋਣ ਜਿਹੜੇ ਗੁਰਦੁਆਰਿਆਂ 'ਚ ਕੈਮਰੇ ਨਹੀਂ ਲੱਗੇ ਉੱਥੇ ਕੈਮਰੇ ਲਵਾਓ ਕਿਤੇ ਬੇਅਦਬੀਆਂ ਦੇ ਨਾਂ ਤੇ ਲੋਕੀ ਆਪਣੀਆਂ ਦੁਸ਼ਮਣੀਆਂ ਨਾ ਕੱਢ ਜਾਣ ਬੇਅਦਬੀਆਂ ਦੇ ਨਾਂ ਤੇ ਬੰਦਿਆਂ ਨੂੰ ਫਸਾ ਨਾ ਦੇਣ ਬੇਅਦਬੀਆਂ ਦੇ ਨਾਂ ਤੇ ਬੰਦੇ ਟੁੱਕੇ ਨਾ ਜਾਣ ਮਾੜਾ ਜਿਹਾ ਸੋਚ ਕੇ ਸਮਝ ਕੇ ਵੀਰੋ ਮੇਰਿਓ ਜੇ ਹਰ ਇੱਕ ਬੰਦੇ ਨੇ ਇਹ ਬੰਦਾ ਮੁਸਲਮਾਨਾਂ ਵਾਸਤੇ ਨਾ ਜਿਹੜਾ ਇਸਲਾਮ ਵਿੱਚ ਨਹੀਂ ਕਹਿੰਦੇ ਕਾਫਰ ਹੈ ਉਹਨਾਂ ਨੇ ਤਲਵਾਰਾਂ ਚੁੱਕ ਲਈਆਂ ਕਾਫਰਾਂ ਨੂੰ ਵੱਢਣ ਲੱਗ ਪਏ ਤੇ ਬਚੇਗਾ ਕੌਣ ਉਹਨਾਂ ਦੀ ਗਿਣਤੀ ਵੇਖੋ ਕਿੰਨੀ ਹੈ ਤੇ ਜੇ ਹਿੰਦੂਆਂ ਨੇ ਚੱਕ ਲਈਆਂ ਤਲਵਾਰਾਂ ਵੀ ਅਸੀਂ ਵੀ ਕਾਫਰ ਵੱਢਣੇ ਨੇ ਜਿਹੜੇ ਰਾਮ ਜੀ ਨੂੰ ਨਹੀਂ ਮੰਨਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਹੀਂ ਕਹਿੰਦੇ ਅਸੀਂ ਤੇ ਵੱਢ ਦੇਣੇ ਨੇ ਪਿੱਛੇ ਜੇ ਰੌਲਾ ਪਿਆ ਸੀ ਨਾ ਵੀ ਜੈ ਸ਼੍ਰੀ ਰਾਮ ਦਾ ਨਾਰਾ ਲਾਓ ਜੈ ਸ਼੍ਰੀ ਰਾਮ ਕਹਾਉਣਾ ਹੈ ਤੇ ਜੇ ਹਿੰਦੂਆਂ ਨੇ ਕਿਹਾ ਜੈ ਸ਼੍ਰੀ ਰਾਮ ਨਹੀਂ ਕਹਿੰਦਾ ਵੱਢਣਾ ਹੈ ਤੇ ਵੇਖ ਲਓ ਕਿੰਨੇ ਨੇ ਫਿਰ ਕਰਨਗੇ ਸਾਡੇ ਨਾਲ ਕੀ ਤੇ ਜੇ ਮੁਸਲਮਾਨਾਂ ਨੇ ਕਿਹਾ ਕਾਫਰ ਵੱਢਣੇ ਨੇ ਫਿਰ ਕਰਾਂਗੇ ਕੀ ਅਗਲਾ ਗੇੜਾ ਕੱਢਣ ਆਵੇ ਉਦਾਂ ਮੁੜ ਕੇ ਕਹਿ ਦਿਓ ਦੱਸਿਓ ਵੀਰੋ ਮੇਰਿਓ ਆ ਜਿੰਨੇ ਕੈਮਰੇ ਕੂਮਰੇ ਲੱਗੇ ਐ ਇੱਥੋਂ ਪਟਾ ਦਿੰਨੇ ਆ ਤੇ ਮੇਰੀ ਮੇਰੇ ਬੰਦੇ ਨਾਲ ਬਣਦੀ ਨਹੀਂ ਮੈਂ ਬੰਦਾ ਮਰਵਾਉਣਾ ਚਾਹੁੰਦਾ ਇਹਦੂ ਵਧੀਆ ਤਰੀਕਾ ਕੀ ਹੈ ਅਗਲਾ ਆਏਗਾ ਆਪਾਂ ਕਹਿ ਦਿਆਂਗੇ ਰਮਾਲਾ ਚੱਕ ਲਿਆ ਸੀ ਮਹਾਰਾਜ ਨੂੰ ਛੇੜਿਆ ਸੀ ਬੇਅਦਬੀ ਕਰਨ ਲੱਗਿਆ ਸੀ ਕੀਤੀ ਤੇ ਨਹੀਂ ਸੀ ਅੱਛਾ ਇੱਕ ਗੱਲ ਹੋਰ ਯਾਰ ਜੇ ਉਹ ਬੰਦੇ ਨੇ ਕੀਤੀ ਸੀ ਹੱਥ ਦੋਵੇਂ ਵੱਢ ਕੇ ਭਾ ਕੇ ਰੱਖਦੇ ਬੋਲ ਕੇ ਦੱਸਦਾ ਤੇ ਸਹੀ ਹੁਣ ਤੇ ਮਰੀ ਗਿਆ ਦੱਸੇਗਾ ਕੌਣ ਸੱਚ ਦਾ ਪਤਾ ਕਿਵੇਂ ਲੱਗੂ ਵੀ ਬੇਅਦਬੀ ਕੀਤੀ ਸੀ ਤੇ ਕਮਾਲ ਦੀ ਗੱਲ ਇਹ ਹੈ ਮੈਂ ਨਹੀਂ ਆਪਣੇ ਕੋਲੋਂ ਕਹਿ ਰਿਹਾ ਸਰਬ ਲੋ ਗ੍ਰੰਥ ਦੀ ਪੋਥੀ ਉਹਨਾਂ ਦੀਆਂ ਇੰਟਰਵਿਊਆਂ ਸੁਣੋ ਕਹਿੰਦੇ ਪੋਥੀ ਸੀ ਸਰਬ ਲੋ ਗ੍ਰੰਥ ਦੀ ਸਰਬ ਲੋ ਗ੍ਰੰਥ ਕਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੂਪ 'ਚ ਬਦਲਤਾ ਗੱਲਾਂ ਕਰਦਿਆਂ ਕਰਦਿਆਂ ਤੇ ਜਿਹੜੀ ਦੁਨੀਆਂ ਵਿੱਚ ਗੱਲ ਫੈਲਾਈ ਹੈ ਉਹ ਇਹ ਫੈਲਾਈ ਹੈ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਭੱਜਣ ਲੱਗਿਆ ਸੀ ਤੇ ਹਰ ਇੱਕ ਸਿੱਖ ਸਿੱਖ ਦਾ ਖੂਨ ਖੋਲ ਜਾਂਦਾ ਐ ਅਸੀਂ ਫਰਸਟੇਡ ਹੋਏ ਹੋਏ ਮਾਫ਼ ਕਰਨਾ ਅਸੀਂ ਪਿੱਛੇ ਰਹਿ ਗਏ ਹਾਂ ਬਹੁਤ ਕੁਛ ਹੈ ਜਿਹੜਾ ਸਮਝਣਾ ਪੈਣਾ ਵੀਰੋ ਮਾੜਾ ਮੋਟਾ ਦਿਮਾਗ ਚਲਾਉਣਾ ਪੈਣਾ ਲਾਲਾ 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 ਕਰਤੀ ਇੱਕ ਨੇ ਕਰਤੀ ਦੂਜੇ ਨੇ ਕਰਤੀ ਤੀਜੇ ਨੇ ਕਰਤੀ ਬੇਅਦਬੀ ਕਿਸੇ ਵੀ ਧਰਮ ਗ੍ਰੰਥ ਦੀ ਨਹੀਂ ਹੋਣੀ ਚਾਹੀਦੀ ਠੀਕ ਹੈ ਕਿਤੇ ਵੀ ਨਹੀਂ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਕੀ ਗੀਤਾ ਬਾਈਬਲ ਕੋਈ ਵੀ ਕਿਸੇ ਦਾ ਗ੍ਰੰਥ ਹੈ ਨਹੀਂ ਹੋਣੀ ਚਾਹੀਦੀ ਇਹਦੇ ਲਈ ਪ੍ਰਬੰਧ ਕਰੀਏ ਕੈਮਰੇ ਲਾਈਏ ਬੰਦੇ ਬਿਠਾਈਏ ਪਹਿਰੇਦਾਰ ਬਿਠਾਈਏ ਕੋਈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾ ਹੀ ਨਾ ਸਕੇ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੋਚਣਾ ਪੈਣਾ ਹੈ ਦੁਨੀਆ ਸਾਹਮਣੇ ਸਾਡੀ ਛਵੀ ਕੱਲ ਤੁਸੀਂ ਮੀਡੀਆ ਵੇਖਿਓ ਜਰਾ ਕੱਲ ਦੀਆਂ ਖਬਰਾਂ ਪੜ੍ਹ ਕੇ ਵੇਖ ਲਓ ਕੱਲ ਦੀਆਂ ਅਖਬਾਰਾਂ ਨੂੰ ਪੜ੍ਹ ਲਓ ਵੈਸ਼ੀ ਪੁਣਾ ਏਦਾਂ ਕਹਿੰਦੇ ਆ
किसानी मोर्चे ढा नहीं लगू, बोलो बोलो जरा। किसान जेडे इन्ने चिर ते बैठे है हुण उहनां नूं की कह रहे हैं, इन्हां नूं सुप्रीम कोर्ट गए है जी, अगले सुप्रीम कोर्ट गए है, ये सरदां ते बंदे वंड रहे ने, इन्हां नूं उठाओ इत्थों, इन्हां नूं छेती तो छेती किसानां नूं उठाओ, ये ते हुण बंदे वंडदे है, ते किसानां ने बंदे वंडे है कि निहंग ने बंदा वंडिया, बोलो जरा। ते करूगा कोई ते भरेगा हुण कोई, साढ़े वर्गे बंदे वीरो, मैं पहले दिन तो कह रहा किसानी मोर्चे विच जे विच वाड़ोगे तां वी नुकसान करनगे, ते बाहर छड़ोगे तां वी नुकसान करनगे। असीं कहिंदे आ भीड़ होगी इकट्ठी, वधिया वधिया, जिन्ने हो जाण उन्ना ही चंगा, जिन्ने हो जाण उन्ना ही चंगा, पर इह चेता रखियो जिन्नी भीड़ इकट्ठी कर लोगे ਇਦਾਂ ਦੇ ਬੰਦਿਆਂ ਦੇ ਇਕੱਠੇ ਕਰ ਲੋਗੇ, ਇਹ ਬੰਦੇ ਆਪਣਾ ਵੀ ਨੁਕਸਾਨ ਕਰਨਗੇ ਤੇ ਤੁਹਾਡਾ ਵੀ ਕਰਨਗੇ। ਸਾਰੀ ਸਿੱਖ ਕੌਮ ਦੇ ਸਾਹਮਣੇ ਵੀਰੋ ਸਿੱਖਾਂ ਦੀ ਛਵੀ ਚਾਹੀਦੀ ਹੈ। ਅਸੀਂ ਪੜ੍ਹੇ ਲਿਖੇ ਆ, ਅਸੀਂ ਸਮਝਦਾਰ, ਤੇ ਬੇਅਦਬੀ ਕਰਦੇ ਦੀ ਕੋਈ ਵੀਡੀਓ ਆਈ ਹੋਵੇ ਤੇ ਮੈਨੂੰ ਦੱਸਿਓ ਸੱਚਮੁੱਚ ਵੀ ਹਾਂ ਆ ਬੇਅਦਬੀ ਕਰਦਾ ਸੀ ਇਹਨੇ। ਕਹਿੰਦੇ ਜੀ ਕਰਨ ਲੱਗਾ ਸੀ, अजे बेअदबी करन लगा सी, कीती नहीं सी, जे करन लगी आई सी अजे कीती नहीं सी, फिर भाई मारन तक गल नहीं सी ना जानी चाहिए, पुठा करके टंग दी खत्म ता करके किते ना किते, किते ना किते। सो व्यूअर्स ए सी अज दी वीडियो, भाई रणजीत सिंह खालसा नू एस मुसलमान दा जवाब है। भाई रणजीत सिंह खालसा सिखी बयान नहीं सी करन दे, इस सिखी ये हक बयान नहीं सी करन दे, बल्कि लोकां दा ज़ेहन नू वरगलाउन दे सी, लोकां दे सामने सच्चाई नू खत्म करन दे सी। सच्चाई की है ये मैं तुहानू दसना, मैं तुहानू साबित करांगा। इन्होंने जिन्नियां गल्लां कीतियां वा मैं सारियां गल्लां दा एक एक करके मैं शुरू तो लैके एंड तक मैं जवाब देवांगा। अगों फैसला तुसीं आप करना वा कि हक ते कौन है ते सच ते कौन है। भाई रणजीत सिंह खालसा ढड्डरियां वाला जी ने कहा वै कि वह ग्रंथ हैगा ही नहीं सी। थोड़ी देर वास्ते मैं मन भी लवा, ठीक है वह गुरु ग्रंथ साहिब जी नहीं सी, वह दसवां ग्रंथ सीगा, जिहड़ा कि इन्होंने कहा कि कई सिख लोग है वह नहीं मानते। भाई रणजीत सिंह खालसा ढड्डरियां वाले नूं मैं पुछना वै, मैं मुसलमान उन्हां कोलों पुछना वै कि तुसीं दसवें ग्रंथ नूं मनना वै, मनो नहीं मनना ते ना मनो। देखो मेरी गल सुनो, मैं मुसलमान, मैं गुरु ग्रंथ साहिब जी नूं नहीं मानता। सिख मैनू कहेगा तू भाई मनना मन नहीं मनना तेरी तेरी अपनी मर्जी है। सिख मैनू कहेगा कि मैं कुराने पाक नूं जिहड़ा मुसलमाना दा ग्रंथ है मैं उन्हूं नहीं मानता। मैं कहांगा भाई ठीक है मनना मन नहीं मनना तेरी अपनी मर्जी है, मनना ना मनना गल होर है। भाई रणजीत सिंह खालसा ढड्डरियां वाला जी अगर तुसी दसवें ग्रंथ नूं तुसी नहीं मानते तो ना मनो तुहाडी अपनी मर्जी है, पर बदतमीजी किसी सूरत, बेहुरमती बदतमीजी किसी सूरत बर्दाश्त नहीं है। चाहे मुसलमाना दा ग्रंथ होवे, चाहे गुरु ग्रंथ साहिब जी होवे, चाहे दसवां ग्रंथ, दुनिया दे भी किसे दे मज़हब दा कोई ग्रंथ होवे उहदी कोई बेअदबी करे किसे सूरत बर्दाश्त नहीं है। दूसरी गल इन्होंने यह की है कि अगो बंदा कोई सबूत मंगेगा कि उन्हें चलो दसवें ग्रंथ भी जिहड़ी उन्हें गुस्ताखी की बेहुरमती की है उहदा सबूत मंगेगा। सबूत की है? वीडियो कैमरा। जिहड़े उत्थे बंदे बैठे वह कोई सबूत नहीं है, जिहड़े उत्थे निहंग सिंह बैठे है वह भाई रणजीत सिंह खालसा ढड्डरियां वाले की नज़र दे विच कोई सबूत नहीं है। कैमरा सबूत है, सिखां वास्ते मुसलमान की एक अरज़ है। मेरी गल बड़े ध्यान नाल सुनियो, मेरे कहने का मतलब यह है कि अगर तुहाडे मोबाइल दे विच गुरु ग्रंथ साहिब जी की कोई बेहुरमती करे, कोई दसवें ग्रंथ की कोई बेहुरमती करे, वो तुहाडे सामने मोबाइल आवे तुसीं अपने कोल रखोगे? नहीं। तुसी ते अगर तुसी सच्चे सिख होवोगे तुसी मोबाइल नूं तोड़ देवोगे, जिन्ने वीडियो बनाई तुसी उन्हूं जाके पढ़ोगे यार तेनू पता नहीं चलिया एक ते गुरु ग्रंथ साहिब जी की बेहुरमती होंदी है, एक दसवें गुरु ग्रंथ साहिब जी की जिहड़ी होंदी ना बेहुरमती होंदी है, एक तो उहदी वीडियो बनाउंदे आ मैं, ये कोई हक की गल नहीं है, ये कोई गैरत की गल नहीं है। तीसरी गल भाई रणजीत सिंह खालसा ढड्डरियां वाले जी ने कहा कि उन्हूं इस तरह मारना नहीं सी चाहिदा, भी सिखां दी छबी जिहड़ी है वह दुनिया दे विच अच्छा मैसेज नहीं गया, हाथ ला के
घुटना थलो ला के पैर पूर ला के इस तरह टंग के उन्हू इस तरह नहीं सी मारना चाहिए उन्हू फिर किस तरह मारना चाहिए वो तुम मैं दसना मैं अज कोई बंदा अपने बाप की गुस्ताखी करे ना कोई अज कोई अज बाप का बेटा वह अपना बच्चा ही अपने माँ प्यो की कोई गुस्ताखी कोई बेहुरमती करे ना बाप नू कहिंदा तू घरों निकल जा तू मेरा है ही कोई नहीं है वो बाप का जरा तू गिरेबान फड़ लवे बाप एक मिनट च फैसला करता वै एक मिनट के तू तू घरों निकल जा तू मेरा है ही कोई नहीं है और जड़ा बाप अपनी बेहुरमती बर्दाश्त नहीं कर सकता एक किस तरह हो सकता वै गुरु गोबिंद सिंह जी की कोई गुरु ग्रंथ साहिब जी की कोई दसवें ग्रंथ की चाहे कोई हिंदुआ का मजहब का कोई होवे ग्रंथ होवे उहदी कोई बेहुरमती करे तो जड़े जड़े वो पैरोकार है जड़े निहंग सिंह है वह खामोश रहन इस तरह नहीं हो सकता यह गैरत है ये बगैरत नहीं है निहंग सिंह हक के उत्ते है ये मुसलमान उन्हों की सपोर्ट करता वै मैं तो कहना उन्होंने इस तरह नहीं सी मारना चाहिए उसका हाथ ला के उसका थलों पैर ला के इस तरह टंग के उन्होंने इस तरह नहीं सी मारना चाहिए जिस तरह इन्होंने गुरु ग्रंथ साहिब जी की बेहुरमती की है जिस तरह इन्होंने एक एक अंग नालियां दे विच सुटिया वै कई बेहुरमतियां इस तरह हुई कि नहीं हुई तुम मैंने अपने दिल से हथ रख के सच्ची गल दसो इस तरह बेहुरमतियां हुई कि नहीं हुई हुई वै निहंग सिंह भी यही चाहिए सगा कि इनू मार के टंग के फिर इनू नाली दे विच सुट दे ताकि दुनिया नू पता चलता निहंग सिंह उन्हों उस तरह भी मार सकते थे निहंग सिंह उन्हों उस तरह भी खत्म कर सकते थे लेकिन निहंग सिंह ने सच्चा फैसला हक का फैसला किया वै सही किया वै कि जेड़ा अगर कोई अगे तो गुरु ग्रंथ साहिब जी की कोई बेहुरमती करेगा वो नाल सजा असी इस तरह ही करेंगे चाहे साड़ी जान जाती है जाए साडा माल जाता जाए जो कुछ जाता जाए असी हक के उत्ते रहना और निहंग सिंह बिल्कुल हक के उत्ते गुरु गोबिंद सिंह जी ने साड़िया सीगा मसंता नू साड़िया सीगा क्यों कि अच्छा गुरु गोबिंद सिंह जी ने क्यों साड़िया सीगा उसकी वजह तो नहीं दुनिया के कोई अच्छा मैसेज नहीं नहीं गुरु गोबिंद सिंह जी ने दसिया वै गुरु गोबिंद सिंह जी उन्होंने उस तरह भी मार सकते सी लेकिन गुरु गोबिंद सिंह जी ने दसिया वै अगर किसी बुराई नू खत्म करना वै तो इस तरह मार के चौंक दे विच लटकाओ ये लटकाओगे तो बुराई खत्म होएगी मैं दावा करना हूँ कभी हूँ तुम सुनोगे नहीं किसी जगह उत्ते गुरु ग्रंथ साहिब जी की कोई बेहुरमती हुई है गुरु गोबिंद सिंह जी ने दसिया मसंतां नूं साड़ के सारिया के सामने अज एहो ही कानून अज एहो ही सिस्टम तुसी अपने घरां दे बाहर अपनी गलियां महल्लां दे विच चोरां डाकुआं लटेरियां दे हाथ वड्डो जिहड़ा कोई बेहुरमती करदा उहनूं इसे तरह ही साड़ो मैं देखना वै मैं कहना कोई बंदा चोरी करन दा ते बड़ी दूर दी गल है कोई बेहुरमती करन दी ते कोई बड़ी दूर दी गल है चोरी करन दा सोचेगा भी नहीं और लास्ट ते गल इन्होंने की है कि जेड़ा मुसलमाना वास्ते जेड़ा इस्लाम धर्म दे विच बंदा नहीं है वो काफर है मुसलमाना ने तलवारां कढ़ लईयां अगर ए जां तू मुसलमानी कबूल कर जां तेरी धौण ला दित्ती जां तेरी धौण ला दित्ती जाएगी हिंदू भी इस तरह करनगे हिंदू भी आके इस तरह ही करेंगे कि जां तू जय श्री राम कह नहीं तो तेनों असी दुनिया जहान तो खत्म कर देवे जेकर असी इस तरह कर देवे तो फिर सारी दुनिया ही खत्म हो गई है भाई रणजीत सिंह खालसा ऐस मुसलमान का जवाब सुने मनना ना मनना होर गल है काफर होना होर गल है बेहुरमती या देखो मैं मुसलमान गुरु गोबिंद सिंह जी मैं नहीं मानता मैं बाबा गुरु नानक देव जी नहीं मानता जे मैं अगर बाबा गुरु नानक देव जी जे मैं गलत कहांगा कि सिख मेरी धौन ला देंगे यही काम मुसलमान करता वै ये ताडे जेना दे विच लोकां ने गलत गल्लां पाईयां वै मुसलमाना दे बारे मुसलमान दा कंसैप्ट ये नहीं है मुसलमान दा एक ही कंसैप्ट है अगर कोई बंदा बेहुरमती करेगा वो दुनिया दे विच नहीं रहेगा जो निहंग सिंघां ने कीता असीं मुसलमान उन्हां दी सपोर्ट करने हैं तो करते रहवां असीं मुसलमान है सिखां नूं असीं मुसलमान नहीं कहिंदे एक फर्ज़ करो असीं उन्हां नूं असीं काफर कह भी लईए काफर कहण दे नाल असीं उहदी धौण नहीं ला सकते धौण असीं उदों लावांगे जदों उह साडे नबी दी बेहुरमती करेगा मैं सिख नहीं बन सकता धौण तुसी मेरी उदों लाओगे जदों मैं बाबा गुरु नानक देव जी की बेहुरमती करांगा जदों मैं गुरु ग्रंथ साहिब जी की बेदबी करांगा उदों ही मेरी धौण लथेगी चाहे मुसलमान है चाहे हिंदू है चाहे सिख है दुनिया का कोई भी बंदा हो और कई लोग जेडे मैनू कहिंदे आ कि तुसी भाई रणजीत सिंह खालसा ठडरियां वाले तुसी ना सुनिया करो क्योंकि इहदा अकीदा इहदा ज़ेहन ये लोगों वरगलाउंदा वै सही लोगों दसदा नहीं है
मेरा उन्होंने जवाब है कि ठीक है मैं भाई रणजीत सिंह खालसा ढड्डरियां वाले जी नूं मैं मानना या ना मानना गल इक लैदा वै, लेकिन अदब एहतराम मेरा उन्होंने वास्ते भी ओना ही है। जो मेरे इस्लाम ने मैनूं दस्सिया मैं तो उही करांगा, जो मैं सिखी दे विचों सिखिया मैं उही करांगा कि अदब एहतराम सारिआं दा करो, लेकिन बदतमीजी किसी सूरत काबले कबूल नहीं है। मैं भाई रणजीत सिंह खालसा ढड्डरियां वाले जी की बेहुरमती उन्हां दी मैं बदतमीजी नहीं करांगा, क्योंकि वो उन्हां कोल मैं बड़ा कुछ सीखिया भी है, तो मजीद मैं सीखता रहांगा, तो मजीद उन्हां दी मैं वीडियो लिआउंदा रहांगा। बाकी गल्लां तो बड़ी ज़्यादा वा, आपां जिन्नियां मर्जी करदे रहिए गल्लां खत्म नहीं हो सकदियां। बाकी मेरी एक अपनी राय सी, मेरा एक अपना ख्याल सी, तुहाडा ही ख्याल है, तुहाडी की राय है तुसीं थल्ले कमेंट बॉक्स विच लाजमी दसो। ये सी अज दी वीडियो, मिलांगे तुहानूं अगली वीडियो वास्ते, इजाज़त चाहुंदे आ, अल्लाह हाफिज़।